ਅਸਲਾਮ ਅਲੈਕੁਮ ਰਹਿਮਤੁਲਾਹ ਬਰਕਾਤੁ ਦੋਸਤੋ, ਤੁਸੀਂ ਦੇਖ ਰਹੇ ਹੋ ਮੇਰਾ ਪੰਜਾਬ ਟੀਵੀ। ਅੱਛਾ, ਇਹ ਸਪੈਸ਼ਲ ਕਟੀਆਂ ਛੋਟੀਆਂ, ਠੀਕ ਹੈ, ਤੁਸੀਂ ਦੇਖ ਰਹੇ ਹੋ ਤੇ ਕਟੀਆਂ ਦੀ ਮਾਸ਼ਾਅੱਲਾ ਤੁਸੀਂ ਇਹ ਪਰਵਰਿਸ਼ ਵੇਖ ਲਓ। ਨਿਕੇ ਆ ਰਹੀਆਂ ਚਾਰ ਕਟੀਆਂ, ਇਹ ਅੱਠ ਅੱਠ ਮਹੀਨੇ ਦੀ ਹੈ। ਮਾਸ਼ਾਅੱਲਾ ਇਹ ਅੱਠ ਅੱਠ ਮਹੀਨੇ ਦੀ ਇਹ ਕੱਟੀ ਹੈ ਤੇ ਠੀਕ ਹੈ। ਬਾਕੀ ਦੋਸਤੋ ਇਹ ਮਜ਼ੀਦ ਇੱਥੇ ਆਪਾਂ ਦੋਸਤ ਨਾਲ ਵੀ ਪੁੱਛ ਦੱਸ ਕਰ ਲੈਂਦੇ ਹਾਂ। ਹਾਂਜੀ, ਇਹ ਬਾਈ ਜੀ ਤਕਰੀਬਨ ਕਿੰਨੇ ਕੁ ਦੀਆਂ ਹਨ ਕੱਟੀ? ਇੱਕ ਇਹਨੇ ਬਾਈ ਨੇ ਕਿਸ ਤਰ੍ਹਾਂ ਸਾਂਭੀਆਂ ਜਾਂ ਉਹਨੂੰ ਗੱਲ ਕਰਨੀ ਆ? ਕੱਟੀਆਂ ਮੱਝਾਂ ਵੇਚੀਆਂ ਜਾਂ ਇਹਨਾਂ ਦੀਆਂ ਮਾਵਾਂ 6-6 ਲੱਖ ਦੀਆਂ ਤੇ ਉਹ ਮੱਝਾਂ ਵਿਕੀਆਂ ਜੀ, ਉਹਨਾਂ ਦੇ ਮਹਰੂ ਕੱਟੀਆਂ। ਅਸਾਂ ਕੀ ਆਖਾ ਹੈਗਾ ਵੀ ਕੱਟੀਆਂ ਅਸਾਂ ਤਾਲੀਆਂ ਹੈਗੀਆਂ ਨੂੰ ਅਸੀਂ ਕੱਟੀਆਂ ਪਿੱਛਾਂ ਵਾਪਸ ਲੈਣੀਆਂ ਨੇ। ਅੱਛਾ, ਇਹ ਕੱਟੀਆਂ ਜਨਾਬ ਵਾਲੀ ਅਸੀਂ ਫਿਰ ਵਾਪਸ ਲਈਆਂ ਨੂੰ, ਇਹ ਡੇਢ ਲੱਖ ਦੀਆਂ ਕੱਟੀਆਂ ਵਾਪਸ ਲਈਆਂ ਹੈਗੀਆਂ ਨੇ ਉਹਨਾਂ ਕੋਲ। ਉਹ ਜਦੋਂ ਮਹੀਨੋ ਉਹਨਾਂ ਛੱਡਿਆ ਹੈਗਾ, ਅੱਠ ਅੱਠ ਮਹੀਨੇ ਦੀਆਂ ਹੈਗੀਆਂ ਨੂੰ, ਅਸੀਂ ਉੱਥੋਂ ਵਾਪਸ ਇਹ ਲਿਆਉਂਦੇ ਹਨ ਅਤੇ ਦੁੱਧ ਇਹਨਾਂ ਲਿਆ ਹੈਗਾ। ਹੁਣ ਇਹ ਵੰਡਾ ਚੌਕਰ ਇਹ ਖਾਂਦੀਆਂ ਪਈਆਂ ਹੈਗੀਆਂ ਨੂੰ, ਅਸੀਂ ਇਹਨਾਂ ਦਾ ਧਿਆਨ ਕੀਤੀ। ਸਪੈਸ਼ਲ ਬੰਦਾ ਇੱਕ ਇਹਨਾਂ ਦੇ ਉੱਤੇ ਹੈਗਾ, ਇਹ ਉੱਤੇ ਹੈਗਾ ਧਿਆਨ ਕਰਨ। ਦੂਜੀਆਂ ਮੱਝਾਂ ਵੱਖਰੀਆਂ ਹੈਗੀਆਂ ਨੂੰ, ਉਹ ਚਰਨ ਗਈਆਂ ਹੋਈਆਂ ਨੇ, ਇਹਨਾਂ ਨੂੰ ਅਸੀਂ ਆ ਵਿੱਚ ਵਾਹੀ ਦੇ ਹੁਣ ਛੱਡੀ ਰੱਖਿਆ। ਹੁਣ ਪਾਣੀ ਪਵਾਉਣ ਆਏ ਹਾਂ ਨੀਲੀ ਦਰਿਆ ਤੋਂ, ਤੇ ਪਾਣੀ ਪੀਤੇ ਤੇ ਆ ਇੱਥੇ ਚਰ ਰਹੀਆਂ ਨੂੰ, ਦੁਬਾਰੇ ਫਿਰ ਪਾਣੀ 'ਤੇ ਜਾਵਾਂਗੇ। ਸਹੀ, ਇਹ ਚਾਚੇ ਹੋਰੀ ਖੜ੍ਹੇ ਨੇ, ਇਹਨਾਂ ਤੋਂ ਗੱਲਬਾਤ ਨਹੀਂ ਹੋਈ ਅਤੇ ਉਹ ਇਸ ਵਜ੍ਹਾ ਨਾਲ ਫਿਰ ਉਹ ਨਾਲ ਦਾ ਇੱਕ ਸਾਥੀ ਹੈਗਾ ਜੀ, ਅਤੇ ਉਹਨੂੰ ਮੈਂ ਆਖਿਆ ਵੀ ਤੂੰ ਸਾਨੂੰ ਤਫਸੀਲਾਂ ਦੱਸ ਦੇ। ਅਤੇ ਠੀਕ ਹੈ ਨਾਜ਼ਰੀਨ, ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਅਤੇ ਬਾਕੀ ਕਮੈਂਟ ਬਾਕਸ 'ਚ ਆਪਣੀ ਰਾਏ ਤੋਂ ਜ਼ਰੂਰ ਅਗਾਹ ਕਰਿਆ ਜੇ।